ਵਿੱਚ ਜਬਰ ਸਮਰਟ ਗੁਜਰ ਖਾਨ ਜੀ ਬਿਸਮਿਲ੍ਲਾ ਰਹਿਮਾਨ ਰਹਿਮ ਨੇ ਮੁਹੰਮਦ ਉਸਮਾਨ ਦੱਸਣ ਲੱਗੇ ਆਪਣਾ ਯੂਟਿਊਬ ਚੈਨਲ ਉਸਮਾਨ ਤਾਂ ਨਾਲ ਹੀ ਰਡਿਆਲ ਨਾਲ ਹੀ ਪੋਠੋਹਾਰ ਤਾਂ ਨਾਲ ਹੀ ਬੇਵਲ ਬਿਲਕੁਲ ਜਨਾਬ ਅਸਾਂ ਇਸ ਟਾਈਮ ਮੌਜੂਦ ਹਾਂ ਬੇਵਲ ਚੌਕ ਅੱਜ ਮੈਂ ਜਾਈ ਰਿਹਾ ਸਾਡਾ ਡਮੇਲੀਆ ਦੀ ਸਾਈਡ ਤਾਂ ਇੱਕ ਪੋਤੀ ਹੋਈ ਸੀ ਤਾਂ ਦਿਲ ਕੀਤਾ ਚਾਹ ਪੀਤੀ ਜਾ ਤਾਂ ਚਾਹ ਪੀਣ ਲੱਗੇ ਹਾਂ ਬੇਵਲ ਚੌਕ ਅੱਜ ਖਲਦੇ ਹਾਂ ਤਾਂ ਭਾਈਰ ਵੀ ਨਾਲ ਚਾਹ ਛੱਪੀ ਕੇ ਅਸੀਂ ਨਿਕਲਦੇ ਹਾਂ ਮੈਂ ਕਿਹਾ ਥੋੜ੍ਹਾ ਜਿਹਾ ਟੋਟਾ ਥੋੜ੍ਹੀ ਜਿਹੀ ਵੀਡੀਓ ਬਣਾਉਣਾ ਪਰ ਬੇਵਲ ਵਾਲੇ ਵਾਸਤੇ ਜ਼ਰੂਰ ਬਣਾਉਣੀ ਚਾਹੀਦੀ ਹੈ ਤਾਂ ਬੇਵਲ ਚੌਕ ਅੱਜ ਖਲੀ ਕੇ ਮੈਂ ਵੀਡੀਓ ਬਣਾਉਣਾ ਪਿਆ ਤਾਂ ਇਸ ਟਾਈਮ ਤਕਰੀਬਨ ਟਾਈਮ ਹੈ ਅੱਜ ਅਸੀਂ 11:30 ਹੋ ਗਏ ਤਕਰੀਬਨ ਤਾਂ ਚਾਹ ਦਾ ਬਿਲਕੁਲ ਨਿਕਾ ਨਿਕਾ ਤਾਂ ਮੈਂ ਚਾਹ ਪੀਤੀ ਜਾ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਵੀਡੀਓ ਤੱਕ ਜਿਹਨਾਂ ਭੈਣ ਭਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਤੇ ਸਦਕਿਆ ਬੈਸ ਕਰਿਆ ਤਾਂ ਬੇਕੁਰਬਾਨ ਜੈ ਬੇਕਹਾਣੀਆਂ ਮਹਾਨੀਆਂ ਵੀ ਕਰਿਆ ਨਾਲ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੇ ਪਲੀਜ਼ ਰਿਕੁਐਸਟ ਹੈ ਕਿਸਾ ਸਾਡੀ ਬਹੁਤ ਸਲਾਹ ਕਰੀਏ ਬਿਲਕੁਲ ਜਨਾਬ ਅਸਾਂ ਤੁਸੀਂ ਦੱਸਣੇ ਬੇਵਲ ਚੌਕ ਨੀ ਰੌਣਕ ਮੇਲਾ ਠੀਕ ਹੈ ਬੇਵਲ ਚੌਕ ਵਿੱਚ ਮੌਜੂਦ ਆ ਇਹ ਰੋਡ ਤੋਂ ਆਈ ਰਹੀ ਹੈ ਸਮੋਟ ਵਾਲੀ ਸਾਈਡ ਤੋਂ ਇਹ ਜਾਈ ਰਹੀ ਗੁਜਰ ਖਾਨ ਇਹ ਛੋਟੀ ਜਿਹੀ ਫੂਡ ਸਟ੍ਰੀਟ ਆ ਬੜੀ ਪਿਆਰੀ ਜੀ ਬੇਵਲ ਬਾਜ਼ਾਰ ਨੂੰ ਸਿੰਘ ਵੀ ਚੈੱਕ ਕਰਾਉਣੇ ਆ ਉੱਥੇ ਅਸਾਂ ਪੀਣੀਆਂ ਚਾਹ ਬਾਹਰ ਚਾਹ ਪੀਸਾਂ ਅਸਾਂ ਤਾਂ ਇੱਧਰ ਵੀ ਭਾਈ ਇੱਕ ਚਾਰ ਬਣਾਉਣੇ ਪਰ ਅਸਾਂ ਉੱਧਰ ਖਲੀ ਗਿਆ ਹੁਣ ਉੱਥੋਂ ਚਾਹ ਪੀਸਾਂ ਬਾਕੀ ਤਰ੍ਹਾਂ ਅੱਗੇ ਪਿਛਾਵੇ ਜਾ ਜਾਈ ਸਕਣਾ ਸਿਰਫ ਮੈਂ ਇਹ ਐਸੀ ਕਿ ਮੈਂ ਸਾਂ ਕਿ ਥੋੜ੍ਹਾ ਜਿਹਾ ਬੇਵਲ ਦੱਸਾਂ ਠੀਕ ਹੈ ਬੇਵਲ ਪੋਠੋ ਹਰ ਇਹ ਮਿਲਾਦ ਵੀ ਮਿਲਾਦ ਲੱਭੀ ਨੇ ਜਿਹੜੇ ਚੰਡੇ ਨੇ ਅਜੇ ਤੱਕ ਲੱਗੇ ਨੇ ਤਾਂ ਇਹ ਸਾਈਡ ਜਿਹੜੀ ਜਾ ਰਹੀ ਹੈ ਜਬਰ ਸਮੋਟ ਗੁਜਰ ਖਾਨ ਇਹ ਤਰ੍ਹਾਂ ਸਾਈਡਾਂ ਤਾਂ ਇਸ ਟਾਈਮ ਬੇਵਲ ਹੀ ਮੌਜੂਦ ਆ ਉੱਥੇ ਚਾਹ ਪੀਣੇ ਆ ਜੁੱਲੇ ਆ ਹਾਂ ਪਾਈ ਰਹੀ ਆਖਣੇ ਚਾਹ ਦਿਓ ਸਾਡੇ ਜੀ ਟੈਟ ਜੀ ਪਹਿਲਾਂ ਬਾਹਰੋਂ ਚੀਜ਼ ਕਿੰਨੀ ਆ ਉਹ ਕਿੰਨੀ ਅੱਛੀ ਹੈ ਤਾਂ ਸਿਰਫ ਚਾਹ ਪੀਣੇ ਆ ਠੀਕ ਹੈ ਮਜ਼ਾ ਕਰਦੇ ਇਨ ਸ਼ਾ ਅੱਲਾ ਅੱਗੇ ਤੱਕ ਹੋਣਾ ਕਿਆ ਅੱਗੇ ਵੀਰ ਵੀਡੀਓ ਵੀ ਹੋਈ ਕਿਤਨੀ ਨਹੀਂ ਹੈ ਅੱਗੇ ਡਮੇਲੀ ਨੇ ਲਾ ਕੇ ਉੱਧਰੋਂ ਵੀ ਵੀਡੀਓ ਬਣਾਈ ਹੈ ਠੀਕ ਹੈ ਲਵ ਯੂ ਹੈ ਗਿਆ ਤਾਂ ਲਵ ਯੂ ਕਹਿ ਇਨ ਸ਼ਾ ਅੱਲਾ ਜਨਾਬ ਬੇਵਲ ਚੌਕ ਵਿੱਚ ਰੈਸਟੋਰੈਂਟ ਹੈ ਤਾਂ ਬੜਾ ਮਜ਼ੇ ਨਾਲ ਬੜਾ ਖੂਬਸੂਰਤ ਰੈਸਟੋਰੈਂਟ ਹੈ ਠੀਕ ਹੈ ਕਹਿ ਤਾਂ ਕੀ ਸਕਣ ਇੰਨਾ ਕੁ ਹਰ ਇੱਕ ਚੀਜ਼ ਮੌਜੂਦ ਹੈ ਬੇਵਲ ਚੌਕ ਦਾ ਕੀ ਹਾਲ ਹੈ ਠੀਕ ਹੈ ਯਾਰ ਕੀ ਹਾਲ ਹੈ ਠੀਕ ਹੈ ਬਰਿਆਨੀਆਂ ਦੋ ਚਾਹੀਦੀਆਂ ਠੀਕ ਹੈ ਸਪੈਸ਼ਲ ਜੀਆਂ ਡੜਿਆਲ ਖੜਸਾ ਡੜਿਆਲ ਜਾਸਨ ਡੜਿਆਲ ਹੈ ਠੀਕ ਹੈ ਹਾਂ ਜਨਾਬ ਮੌਜੂਦ ਹੈ ਇਹਨਾਂ ਕੋਲ ਹਰ ਚੀਜ਼ ਮੌਜੂਦ ਹੈ ਠੀਕ ਹੈ ਤੁਸੀਂ ਸਾਰਾ ਕੁਝ ਰੱਖਿਆ ਹੈ ਨਾ ਸਾਰਾ ਕੁਝ ਰੱਖਿਆ ਹੈ ਕਿਆ ਕਿਆ ਚੀਜ਼ ਦੱਸੋ ਕੱਲ੍ਹ ਅੱਛਾ ਸਹੀ ਹੈ ਹਰ ਇੱਕ ਚੀਜ਼ ਹੈ ਬੰਦਾ ਆਈ ਜਾ ਤਾਂ ਮੈਂ ਜਦੋਂ ਵੀ ਅਸ਼ਨਾ ਨਾ ਮੈਂ ਤੂੰ ਚਾਹ ਪੀਣਾ ਇਨਸ਼ਾਅੱਲਾ ਜ਼ਰੂਰ ਹਾਜ਼ਰੀ ਲਵਾ ਸਕਦੇ ਕਿਉਂਕਿ ਉਹਨਾਂ ਬਜ਼ੁਰਗ ਬੈਠੇ ਹਨ ਸਾਰੇ ਅੰਦਰ ਉਹ ਚੈੱਕ ਕਰੋ ਜਨਾਬ ਨਸ਼ੇ ਮਾਰੀ ਰਹੇ ਨੇ ਜਿਆਸ਼ੀ ਕਰੇ ਚਾਹ ਸ਼ਾਹ ਪੀ ਰਹੇ ਨੇ ਇਹਨਾਂ ਕੀ ਦੋ ਪਲੇਟਾਂ ਬਰਿਆਨੀਆਂ ਆਖੀਆਂ ਅੱਛਾ ਅਸਾਂ ਕਲੋਜ਼ ਕਰਨਾ ਨੇ ਕੈਮਰਾ ਚਾਚੇ ਨਾਲ ਫਿਰ ਠੀਕ ਹੈ ਠੀਕ ਆਪੇ ਵੀਡੀਓ ਤੱਕ ਨਾ ਕਮੈਂਟ ਕਰਿਆ ਥੱਲੇ ਜੀ ਇਹਨਾਂ ਬਾਜਰਾ ਕੀ ਕਰਨੇ ਆ ਤਾਂ ਮਿਹਰਬਾਨੀ ਕਰੇ ਸਪੈਸ਼ਲੀ ਬਣਾਏ ਜੈਸੀ ਇਹ ਬੜੇ ਦੂਰ ਹੋ ਜਨਾਬ ਬਰਿਆਨੀ ਨਾਲ ਕਿੰਨੇ ਆ ਬਹੁਤ ਮਾਸ਼ਾਅੱਲਾ ਜ਼ਬਰਦਸਤ ਸ਼ਾਪਰਾ ਸਹੀ ਡਾਟੇ 'ਚ ਬਾਏ ਟੈਟ ਕਰੀ ਕਿਉਂਕਿ ਦੂਰ ਜਾ ਸੀ ਡਡਿਆਲ ਤਾਂ ਫਿਰ ਇਹ ਨਹਾਵਾ ਰਾਹ 'ਚ ਹੀ ਰਵੇ ਠੀਕ ਹੈ ਤਾਂ ਬਿਲਕੁਲ ਜਨਾਬ ਤੁਸੀਂ ਦੱਸਿਆ ਤਾਂ ਕੋਲ ਮਾਸ਼ਾਅੱਲਾ ਨੇ ਕਿੰਨੇ ਆ ਪਿਆ ਸਾਂ ਕਿਆ ਬਰਿਆਨੀ ਬਰਿਆਨੀ ਕਿੰਨੀ ਗਿਆ ਬਿਲਕੁਲ ਜਨਾਬ ਬੇਵਲ ਤੋਂ ਡਾਇਰੈਕਟ ਹੁਣ ਅਸਾਂ ਪਹੁੰਚੇ ਨੇ ਡਮੇਲੀ ਮੋੜ ਕਿਸੇ ਤਾਰਫ ਨਾ ਮੁਤਾਜ ਨਹੀਂ ਡਮੇਲੀ ਮੋੜ ਅਸਾਂ ਇੱਥੇ ਪਹੁੰਚੇ ਹਾਂ ਠੀਕ ਹੈ ਹੋਰ ਸੰਗੀ ਠੀਕ ਹੈ ਨਾ ਸਭਾ ਲਸਣ ਕਿਥਾਣਾ ਅੱਛਾ ਬਾਹਰ ਬਿਲਕੁਲ ਜਨਾਬ ਅਸਾਂ ਯਾਦ ਰਹੇ ਮਾਸਟਰ ਤਰੀ ਸਾਹਿਬ ਨੇ ਵੀਡੀਓ ਬਣਾਈ ਸੀ ਇੱਥੇ ਠੀਕ ਸੀ ਸਭਾ ਲਸਣ ਮੈਂ ਉਸ ਨਾਲ ਜਾਣੇ ਕੋਲ ਪੁੱਛਿਆ ਤਾਂ ਡਮੇਲੀ ਮੋੜ ਨਹੀਂ ਜਲੇਬੀ ਪੂਰੇ ਪਾਕਿਸਤਾਨ ਵਿੱਚ ਮਸ਼ਹੂਰ ਹੈ
ਤਾਂ ਪੁਰਾਣਾ ਕਲਚਰ ਅੱਜ ਜਿਹੜੀਆਂ ਬੱਸਾਂ ਵਾਲਾ ਚੈੱਕ ਕਰੋ ਹਾਂ ਛੱਤਿਆ ਪਰ ਸਟੂਡੈਂਟ ਅਤੇ ਬਾਕੀ ਜੇਲਮ ਡਮੇਲੀ ਫਟਿਆਲ ਡਮੇਲੀ ਵਾਲੀ ਸਾਈਡ ਜਾ ਰਹੇ ਸਾਡੇ ਡਮੇਲੀ ਮੋੜ ਮੌਜੂਦ ਆ ਇਹ ਗੱਡੀ ਖਲਤੀ ਆ ਅੰਮੀ ਔਰ ਨਾਲ ਹਨ ਅਤੇ ਇਹ ਡਮੇਲੀ ਮੋੜ ਦਾ ਨਜ਼ਾਰਾ ਉਹ ਜੀ ਟੀ ਰੋਡ ਹੈ ਉਸ ਸਾਈਡ ਪਰ ਜੀ ਟੀ ਰੋਡ ਤੋਂ ਨਾਲ ਹੀ ਬਿਲਕੁਲ ਜਿਹਨਾਂ ਭਾਈਆਂ ਖਾਧੀ ਹੈ ਜਲੇਬੀ ਜਾਂ ਇੱਥੇ ਆਏ ਉਹਨਾਂ ਕਿਤੇ ਪਤਾ ਹੋ ਸੀ ਪਕੌੜੇ ਅਤੇ ਮੱਛਲੀਆਂ ਨਿੱਕੀਆਂ ਨਿੱਕੀਆਂ ਠੀਕ ਆ ਅਸੀਂ ਇੱਕ ਇੱਕ ਚੀਜ਼ ਖਾਈ ਕੇ ਅਸਾਂ ਚੈੱਕ ਕਰਾ ਸਾਂ ਅਸਾਂ ਤਾਂ ਭਾਈ ਇਰਫਾਨ ਹੋਰ ਜੀ ਭਾਈ ਇਰਫਾਨ ਜੀ ਕੀ ਹਾਲ ਹੈ ਇਹ ਸਾਡੇ ਆਪਣੇ ਇਲਾਕੇ ਨੇ ਲੇਕਿਨ ਇੱਥੇ ਨੱਠੀਆ ਲਾਇਆ ਬੜੇ ਦੂਰ ਹੋਰ ਕੰਮ ਕਾਜ ਠੀਕ ਹੈ ਬਿਲਕੁਲ ਫਿਟ ਫਾਟ ਅਤੇ ਇਹ ਜਨਾਬ ਪਕੌੜੇ ਮੱਛਲੀਆਂ ਬਰੱਸੇ ਦੋ ਕਿਸਮ ਦੇ ਜਲੇਬੀ ਇਹ ਜਨਾਬ ਅਸਾਂ ਥੋੜ੍ਹੀ ਥੋੜ੍ਹੀ ਚੀਜ਼ ਸਾਰੀ ਟੈਸਟ ਕਰ ਸਕਦਾ ਪਲੇਟਾਂ 'ਚ ਨਹੀਂ ਸਤਰਾਂ ਮੈਂ ਜ਼ਰਾ ਕੀ ਚੈੱਕ ਕਰਦਾ ਨਾ ਅਤੇ ਆਉਣੇ ਜੀ ਪਲੇਟਾਂ 'ਚ ਰੱਖੀ ਕਰਦੇ ਸਾਂ ਨਾਲ ਫੈਮਲੀ ਉਹਨਾਂ ਕੀ ਅਸਾਂ ਚੈੱਕ ਕਰਾ ਸਾਂ ਠੀਕ ਹੈ ਅਤੇ ਉਹ ਵੀ ਅਸਾਂ ਹੁਣ ਇੱਕ ਕੱਲਫ ਕਰਨ ਪਏ ਨੇ ਐਨੀ ਜੀ ਪਲੇਟਾਂ 'ਚ ਰੱਖੀ ਦੇ ਸਾਂ ਜਲੇਬੀ ਗਰਮ ਗਰਮ ਦੇਸਨ ਹੈ ਬਸ 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 ਨਾ ਕਰੋ ਬਸ ਬਸ ਕੁਣ ਖਾਸੀ ਨੇ ਉਹਦਾ ਜਨਾਬ ਅੱਗੇ ਆਖੋ ਕੀ ਹੋਈ ਸੀ ਅਸਾਂ ਉੱਥੇ ਜਾਣਾ ਸੀ ਅਸਾਂ ਉੱਧਰ ਜਿਲ੍ਹੇ ਆਉਣ ਪਹਿਲਾਂ ਅਸਾਂ ਇਹ ਮੱਛਲੀ ਚੈੱਕ ਕਰਾਉਣੇ ਨੇ ਇਹਦੇ ਚਿੱਲੀ ਨਾਲ ਲੱਗੀ ਆ ਹਾਂ 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 ਇਹ ਵਾਪਸ ਜਿਲ੍ਹਾ ਜਾ ਸਾਂ ਨਾ ਅਸਾਂ ਇਹਨਾਂ ਕੋਲ ਖੜਨੀ ਨਹੀਂ ਆ ਨਾਲ ਨਿੱਕੇ ਘਰ ਖਾ ਸਾਨੂੰ ਖੁਸ਼ ਹੋ ਸਕਦਾ ਚਲੋ ਕੁਝ ਜਨਾਬ ਅਸਾਂ ਟਾਈਮ ਨਾ ਜ਼ਾਇਆ ਕਰਨੇ ਹਾਂਜੀ ਹਾਂ ਛੋਟਾ ਜਿਹਾ ਵਲੋਗ ਛੋਟੀ ਜਿਹੀ ਵੀਡੀਓ ਅੱਗੇ ਮਜ਼ੀਦ ਅਗਰ ਮੁਮਕਿਨ ਹੋ ਸਕੇ ਉਹ ਵੀ ਦੱਸਾਂ ਠੀਕ ਹੈ ਜਿਹਦਾ ਵੀ ਅੱਛੋ ਪਹਿਲੀ ਦੁਕਾਨ ਛੋੜੀ ਕੇ ਦੂਈ ਦੁਕਾਨ ਅੱਗੇ ਪੁੱਛਣੇ ਸਰ ਦੁਕਾਨ ਕਿਹੜੀ ਜਗ੍ਹਾ 'ਤੇ ਪਹਿਲੀ ਦੁਕਾਨ ਛੋੜੀ ਕੇ ਦੂਈ ਦੁਕਾਨ ਨੇ ਠੀਕ ਹੈ ਉਧਰੋਂ ਜੋਈ ਜੀ ਰੋਡ 'ਤੇ ਅਸਾਂ ਨੇ ਖੱਬੇ ਹੱਥ ਪਹਿਲੀ ਛੋੜੀ ਕੇ ਦੂਈ ਦੁਕਾਨ ਨੇ ਇਹ ਜਨਾਬ ਬੰਦੇ ਨੇ ਤਾਂ ਕੀ ਕਹਿੰਦਾ ਕਿਆ ਲੱਖ ਭਾਈ ਯਾਰ ਬਿਹਤਰੀਨ ਕਿਸਮ ਨਹੀਂ ਹੈ ਬਣਾਉਣ ਠੀਕ ਹੈ ਨਾ ਅਤੇ ਬਾਕੀ ਸਮੇਂ ਬੋਰਡਾਂ ਪਰ ਕੈਮਰਾ ਮਾਰ ਕੇ ਦੱਸਿਓ ਨਾ ਇਹ ਸਾਡੇ ਬੜੇ ਪਿਆਰੇ ਜੇ ਭਾਈ ਨੇ ਤਾਂ ਕੋਣ ਹੈ ਬੋਰਡ ਨੇ ਸਮਝ ਆਈ ਅੱਜ ਕੋਲ ਬਾਬਾ ਸ਼ਾਹ ਸ਼ਫੀਰ ਜਲੇਬੀ ਮਰਕਜ਼ ਹੈ ਇਹਨਾਂ ਦੁਕਾਨਾਂ ਦਾ ਨਾਮ ਹੈ ਇਹਨਾਂ ਭਾਈਰਾਂ ਨੇ ਕਿਆ ਡਿਊਟੀ ਹੈ ਅੱਛਾ ਚੇਅਰਮੈਨ ਨੇ ਸੇਲਮੈਨ ਚੇਅਰਮੈਨ ਮੈਂ ਚੇਅਰਮੈਨ ਨੂੰ ਅਲਾ 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 ਸੇਲਮੈਨ ਅਤੇ ਕਿਤਨੀ ਵੀਡੀਓ ਸੀ ਅੱਗੇ ਜਾ ਕੇ ਬਾਕੀ ਬਣਾ ਹਾਂਜੀ ਦੱਸਿਆ ਸੀ ਇੱਧਰ ਆਏ ਸਾਂ ਡਮੇਲੀ ਵਾਲੀ ਸਾਈਡ ਤਾਂ ਪੋਤਕੀ ਹੋਈ ਸੀ ਉੱਧਰ ਤਾਂ ਤੁਸੀਂ ਡਮੇਲੀ ਮੋੜ ਵੀ ਚੈੱਕ ਕਰਾਇਆ ਤਾਂ ਪਹਿਲਾਂ ਅਸੀਂ ਅਸਾਂ ਕੀ ਬੇਵਲ ਚੈੱਕ ਕਰਾਇਆ ਪਿਛਲੇ ਵੀਡੀਓ ਤੱਕ ਹੀ ਰਿਹਾ ਅਤੇ ਥੰਮ ਨੇਲ ਤੁਸਾਂ ਕੀ ਬਿਹਤਰ ਪਤਾ ਲੱਗ ਗਿਆ ਸੀ ਅਤੇ ਜਨਾਬ ਇਹ ਭਾਈ ਪੱਠੇ ਕੁਤਰਨੇ ਸਨ ਮੋਟਰ ਖਰਾਬ ਹੋਈ ਗਿਆ ਨੇ ਅਤੇ ਹੱਥਾਂ ਨਾਲ ਅਤੇ ਮੈਂ ਕਿਹਾ ਅਸਾਂ ਪੁਰਾਣੀ ਯਾਦ ਤਾਜ਼ਾ ਕਰੀਏ ਅਸਾਂ ਵੀ ਪਹਿਲਾਂ ਜਿਹਨਾਂ ਮੋਟਰਾਂ ਛੋਟਰਾਂ ਚੱਕਰ ਨਹੀਂ ਸੀ ਹੋਣਾ ਅਸਾਂ ਮਸ਼ੀਨ ਫੇਰਨੇ ਰਿਹਾ ਅੱਜ ਮੈਂ ਪੁਰਾਣੀ ਯਾਦ ਤਾਜ਼ਾ ਕਰੀਏ ਭਾਈਰਾਂ ਨੇ ਨਾ ਫੇਰੋ ਖਲੀਆਂ ਪਈ ਜਾ ਸਨ ਮੈਂ ਕਿਹਾ ਨਹੀਂ ਪੈਣੀਆਂ ਖਲੀਆਂ ਇਹ ਜਵਾਰ ਹੈ ਬਾਜਰਾ ਨੀਲਾ ਅਤੇ ਇਹ ਜਨਾਬ ਇਸ ਨਾਲ ਪਿੱਛੇ ਇੱਕ ਬੰਦਾ ਦੱਥਾ ਲਾਉਣਾ ਅਤੇ ਇੱਕ ਬੰਦਾ ਫਿਰਨਾ ਸੌਖਾ ਕੰਮ ਨਹੀਂ ਬੜਾ ਜ਼ੋਰ ਲਗਾਉਣਾ ਮੈਂ ਥੋੜ੍ਹਾ ਜਿਹਾ ਕਲਿਪਸ ਅੱਗੇ ਚੈੱਕ ਕਰਾ ਗਿਆ ਬੜੀ ਮਿਹਰਬਾਨੀ ਵੀਡੀਓ ਸਾਡਾ ਕੀ ਪਸੰਦ ਆਈ ਸੀ ਛੋਟਾ ਜਿਹਾ ਵਲੋਗ ਸੀ ਅਤੇ ਇਨਸ਼ਾਅੱਲਾ ਕੱਲ੍ਹ ਕੋਸ਼ਿਸ਼ ਕਰ ਸਾਂ ਮਜ਼ੀਦ ਇਸ ਤੋਂ ਅੱਛੀ ਵੀਡੀਓ ਬਣਾ ਪੈ ਜੀ ਨਾ ਭੈਣਾ ਭਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੀ ਜੋੜੋ ਅਤੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ 'ਚ ਮਿਲ ਸਾਂ ਅੱਲਾ ਸੁਣਨੇ ਵਾਲਾ